ਹੁਣ ਨਵਾਂ ਹਤਕੰਡਾ ਪੰਜਾਬ ਦੇ ਨੌਜਵਾਨਾਂ ਨੂੰ ਸਾਈਕੋਲੋਜੀਕਲ ਤੌਰ ਤੇ ਡਰਾਉਣ ਲਈ ਜੋ ਕੁਝ ਹੋਇਆ ਜਿਵੇਂ ਦਿੱਲੀ ਦੀ ਪੁਲਿਸ ਨੇ ਜੜੀਆਂ ਵੀ ਏਜੰਸੀਆਂ ਨੇ ਕੀਤਾ ਕਿ ਉਹ ਡੋਟਸ ਲੈਣਗੇ ਵੀ ਵੀ ਟਰਾਲੀਆਂ ਨੌਜਵਾਨਾਂ ਦੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਹਜ਼ਾਰਾਂ ਹਜ਼ਾਰ ਲੋਕ ਜਿਹੜੇ ਆ ਉਹ ਨਿਕਲ ਕੇ ਆਉਣ ਵੀ ਜੇ ਕੁਝ ਬੋਲੋਗੇ ਤਾ ਭਾਈ ਥੋੜਾ ਥੋੜਾ ਮੁਕਾਬਲਾ ਬਣਾਦਾਂਗੇ ਤੁਹਾਨੂੰ ਐਸੇ ਟਿਕਾਣੇ ਤੇ ਲਾਵਾਂਗੇ ਵੀ ਤੁਹਾਡੀ লাশ ਤੱਕ ਨਾ ਲੱਭੂਗੀ ਵੀ ਇੱਕ ਬੰਦੇ ਨੂੰ ਟਾਰਗੇਟ ਕਰਨਾ ਦੋਵਾਂ ਨੌਜਵਾਨਾਂ ਨੂੰ ਟਾਰਗੇਟ ਕਰਨਾ ਤੇ ਪੰਜਾਬ ਦੇ ਲੱਖਾਂ ਨੌਜਵਾਨਾਂ ਨੂੰ ਡਰਾਉਣਾ ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਦਾ ਸੂਬਾ ਜਨਰ ਸਕੱਤਰ ਬੋਲਦਾ ਜੀ ਜੇਕਰ ਆਵਾਜ਼ ਦੀ ਕੋਈ ਸਮੱਸਿਆ ਹੋਵੇ ਤੇ ਜਰੂਰ ਦੱਸ ਦਿਓ ਨਹੀਂ ਤਾਂ ਠੀਕਾ ਦੇਖੋ ਬਹੁਤ ਸਾਰੀਆਂ ਜ਼ਰੂਰੀ ਤੁਹਾਡੇ ਨਾਲ ਬੇਨਤੀਆਂ ਕਰਨੀਆਂ ਇੱਕ ਤਾਂ 18 ਜਿਹੜੀ ਅਪ੍ਰੈਲ ਨੂੰ ਦਾਣਾ ਮੰਡੀ ਭਗਤਾਂ ਵਾਲਾ ਵਿਖੇ ਜਿਹੜੀ ਵੱਡੀ ਤੇ ਵਿਸ਼ਾਲ ਮਹਾਂ ਰੈਲੀ ਹੋਣ ਜਾਣੀ ਹੈ ਇੱਕ ਤਾਂ ਉਹ ਗੱਲਾਂ ਕਰਨੀਆਂ ਮੈਂ ਤੁਹਾਡੇ ਨਾਲ ਇੱਕ ਜਿਹੜਾ ਦਿੱਲੀ ਸਰਕਾਰ ਜਾਂ ਦਿੱਲੀ ਪੁਲਿਸ ਜਾਂ ਕੇਂਦਰ ਦੇ ਇਸ਼ਾਰੇ ਤੇ ਕਹਿ ਲੋ ਪੰਜਾਬ ਦੇ ਨੌਜਵਾਨਾਂ ਨੂੰ ਜਿਵੇਂ ਹੁਣ ਟਾਰਗੇਟ ਕਰਨ ਦਾ ਇੱਕ ਨਵਾਂ ਹਤਕੰਡਾ ਪਨਾ ਲਿਆ ਵਾ ਮੈਂ ਤੁਹਾਡੇ ਨਾਲ ਉਹਦੇ ਮਸਲੇ ਤੇ ਵੀ ਸਾਰੀਆਂ ਸਰਕਾਰਾਂ ਦਾ ਕੀ ਵਿਊ ਆ ਕਿਵੇਂ ਚਲਾ ਰਹੇ ਉਹਦੇ ਤੇ ਵੀ ਗੱਲ ਕਰਨਾ ਚਾਹੂਗਾ ਸੋ ਅੰਦੋਲਨ ਵਿੱਚ ਜਿਵੇਂ ਕੱਲ ਤੋਮਰ ਜੀ ਦਾ ਬਿਆਨ ਆਇਆ ਅਨਿਲ ਵਿਜ ਨੇ ਚਿੱਠੀ ਲਿਖਤੀ ਆ ਕੀ ਕਿਸਾਨਾਂ ਨਾਲ ਗੱਲਬਾਤ ਕੀਤੀ ਜਾਵੇ ਇਹ ਸਾਰੇ ਮੁੱਦੇ ਆ ਸਾਡੇ ਸਾਹਮਣੇ ਆਪਾਂ ਕਿਵੇਂ ਗਾਹਾਂ ਮਈ ਦੇ ਤਿਆਰੀ ਕਰਨੀ ਅੰਦੋਲਨ ਦੀ ਇਹ ਸਾਰੇ ਅੰਦੋਲਨ ਆ ਰਹੇ ਆ 13 ਨੂੰ ਆਪਣਾ ਖਾਲਸੇ ਦਾ ਜਨਮ ਦਿਹਾੜਾ ਵਾ 13 ਨੂੰ ਜਲਿਆਂ ਵਾਲੇ ਬਾਗ ਕਾਂਡ ਦੇ ਉੱਤੇ ਵੀ ਜਲਿਆਂ ਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਾਹਦ ਜਿਹੜੀ ਸ਼ਹਾਦਤ ਦਿੱਤੀ ਆ ਉਹਦੇ ਤੇ ਵੀ ਪ੍ਰੋਗਰਾਮ ਨੇ ਸਾਡੇ ਤੋ ਮੇਰੀ ਬੇਨਤੀ ਆ ਬਹੁਤ ਸਾਡੇ ਕੋਲੇ ਇਹ ਮੀਡੀਆ ਹੁੰਦਾ ਵੀ ਸਾਡੀ ਕੰਪਲੀਟ ਗੱਲ ਜਾਵੇ ਤਾਂ ਸਾਡੀ ਬੇਨਤੀ ਆ ਵੀ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰ ਦਿਓ ਕਿਉਂਕਿ ਲੋਕਾਂ ਤੱਕ ਸਾਡਾ ਮੈਸੇਜ ਕਨਵੇ ਹੋ ਜੇ ਸਾਡੀ ਗੱਲ ਲੋਕਾਂ ਨੂੰ ਠੀਕ ਲੱਗਦੀ ਆ ਆਮ ਕਿਸਾਨ ਨੂੰ ਮੰਨ ਲੂਗਾ ਨਹੀਂ ਲੱਗੂਗੀ ਉਹ ਛੱਡ ਦਵੇ ਅਸੀਂ ਤਾਂ ਕਹਿਣਾ ਹੁੰਦਾ ਸੋ ਜਿਸ ਤਰੀਕੇ ਨਾਲ ਜਿਹੜੇ ਪੰਜਾਬ ਦੇ ਸਿਆਸੀ ਦਲ ਨੇ ਇਸ ਵੇਲੇ ਉਵੇਂ ਸਾਰੇ ਦਲ ਜਿਹੜੇ ਦਲ ਨੇ ਸਿਆਸੀ ਆਪਣੇ ਆਪ ਵਿੱਚ ਪੰਜਾਬ ਦਾ ਮਤਲਬ ਪੰਜਾਬ ਦਾ ਹੋਣ ਦਾ ਦਾਵਾ ਕਰਦੇ ਨੇ ਵੀ ਅਸੀਂ ਪੰਜਾਬ ਦੇ ਰਾਖੇ ਆ ਪੰਜਾਬ ਵਾਸਤੇ ਲੜਦੇ ਆ ਪੰਜਾਬ ਦੀ ਗੱਲ ਕਰਦੇ ਆ ਪੰਜਾਬੀ ਆ ਬਹੁਤ ਕੁਝ ਬੋਲਿਆ ਜਾਂਦਾ ਵਾ ਪਰ ਜੋ ਸਾਨੂੰ ਨਜ਼ਰ ਆਉਂਦਾ ਵੀ ਜਿਹੜੀ ਪੰਜਾਬ ਦੇ ਜਿੰਨੇ ਵੀ ਸਿਆਸੀ ਆ ਸੌ ਵੱਖਰੇਵੇਂ ਇਹਨਾਂ ਦੀ ਵੀ ਕਿਉਂ ਨਾ ਹੋਣ ਪਰ ਪੰਜਾਬ ਲਈ ਤਾਂ ਸਾਰਿਆਂ ਨੂੰ ਇਕੱਠੇ ਲੜਨਾ ਚਾਹੀਦਾ ਕੋਈ ਰਾਜਨੀਤਿਕ ਤੌਰ ਤੇ ਇਹਨਾਂ ਦਾ ਏਜੰਡਾ ਹੋਵੇ ਸਾਰਿਆਂ ਕਾਂਗਰਸ, ਅਕਾਲੀ ਦਲ, ਆਪ ਵਾਲੇ ਹੋਰ ਵੀ ਬਹੁਤ ਸਾਰੇ ਛੋਟੇ-ਵਟੇ ਜਿਹੜੇ ਨੇ ਸਿਆਸੀ ਪਾਰਟੀਆਂ ਹੈਗੀਆਂ ਪੰਜਾਬ ਦੇ ਵਿੱਚ ਕਦੇ ਏਕਤਾ ਕਰਕੇ ਕੇਂਦਰ ਦੇ ਖਿਲਾਫ ਇਕਜੁੱਟ ਹੋ ਕੇ ਜਿਹੜੀ ਪੰਜਾਬ ਦੇ ਹੱਕਾਂ ਦੀ ਕੋਈ ਰਾਜਨੀਤੀ ਆ ਉਹ ਕੀਤੀ ਜਾ ਸਕੀ ਇਸ ਕਿਸਮ ਦੀਆਂ ਤੇ ਕੋਈ ਨਜ਼ਰ ਨਹੀਂ ਆਉਂਦੀਆਂ ਸਾਨੂੰ ਕੰਸੋਹਾ ਜਾਨੀ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰਨਾ ਇੱਕ ਦੂਜੇ ਨੇ ਉਹਨੇ ਦੂਜੇ ਨੂੰ ਬਦਨਾਮ ਕਰਨਾ ਉਹਨੇ ਉਹਨਾਂ ਨੂੰ ਬਦਨਾਮ ਕਰਨਾ ਤੇ ਇਸ ਕਿਸਮ ਦੀ ਰਾਜਨੀਤੀ ਹੁੰਦੀ ਆ ਤੇ ਲਗਭਗ ਸਾਰਿਆਂ ਦੇ ਮਨੋਰਥ ਹੀ ਲੱਗਦੇ ਆ ਕਿ ਕਿਸਾਨਾਂ ਦਾ ਨਾਂ ਲਾਓ ਗੱਲ ਕਿਸਾਨਾਂ ਦੀ ਕੀਤੀ ਜਾਵੇ ਗੱਲ ਪੰਜਾਬ ਦੀ ਕੀਤੀ ਜਾਵੇ ਪਰ ਪਰਦੇ ਦੇ ਪਿੱਛੇ 2022 ਦੀ ਇਲیکشن ਤੇ ਗੱਦੀ ਕਿੰਨੂੰ ਮਿਲਨੀ ਆ ਉਹ ਗੱਦੀ ਤੇ ਨਿਗਾਹ ਵਾ ਜੋ ਅਸੀਂ ਆਪਣੇ ਆਪ ਵਿੱਚ ਵੇਖ ਰਹੇ ਆ ਤੋ ਅੱਗੇ ਅਗਲਿਆਂ ਦੀ ਮਰਜ਼ੀ ਦਾ ਸਵਾਲ ਹੁੰਦਾ ਵੀ ਅਗਲੇ ਕੀ ਕਰਦੇ ਕੀ ਨਹੀਂ ਕਰਦੇ ਇਸ ਕਰਕੇ ਮੈਂ ਕਹਿੰਨਾ ਭਰਾਵੋ ਠੀਕ ਆ ਤੁਹਾਡੀ ਪੰਜਾਂ ਸਾਲਾਂ ਵਿੱਚ ਇੱਕ ਦਿਨ ਲੋੜ ਪੈਣੀ ਆ 50 ਸਾਲਾਂ ਵਿੱਚ ਪੰਜਾਬੀਓ ਸੂਝਵਾਨ ਮੋਟਰੋ ਜੜੇ ਵੀ ਤੁਸੀਂ ਹੋਵੋ 50 ਸਾਲਾਂ ਬਾਅਦ ਹਾਕਮਾਂ ਨੂੰ ਤੁਹਾਡੀ ਇੱਕ ਦਿਨ ਲੋੜ ਹੈਗੀ ਆ ਬਹੁਤੇ ਦਿਨ ਤੁਹਾਡੀ ਲੋੜ ਨਹੀਂ ਹੈਗੀ ਉਹਨਾਂ ਨੂੰ ਤਾਂ ਇੱਕ ਦਿਨ ਭਾਈ ਆਪਦੇ ਜਾ ਕੇ ਪਿਛਲੇ 74-75 ਸਾਲਾਂ ਦਾ ਤਜਰਬਾ ਤੁਹਾਡੇ ਕੋ 74-75 ਸਾਲਾਂ ਚ ਜੇ ਹਾਕਮਾਂ ਦੀਆਂ ਚਾਲਾਂ ਤੋਂ ਕੁੱਟ ਖਾ ਕੇ ਨਹੀਂ ਕੁਝ ਆਪਾਂ ਨੂੰ ਸਿੱਖਿਆ ਨਹੀਂ ਹੈਗਾ ਕੋਈ ਸਮਝਦਾਰੀ ਨਹੀਂ ਹੈਗੀ ਉਹ ਸਭ ਨਾ ਫੈਸਲਾ ਕਰ ਲਈ ਆਪਾਂ ਤੇ ਨਹੀਂ ਕਹਿੰਦੇ ਹੈਗੇ ਵੀ ਤੁਸੀਂ ਕੀ ਕਰਨਾ ਨਹੀਂ ਕਰਨਾ ਤੁਹਾਡੀ ਆਪਣੀ ਖੁਸ਼ੀ ਦਾ ਸਵਾਲ ਆ ਇੱਕ ਦਿਨ ਤੁਹਾਡੀ ਲੋੜ ਆ ਮੰਨ ਲਿਓ ਉਹਨਾਂ ਦੀ ਬਾਕੀ ਅਸੀਂ ਤਾਂ ਕਹਿੰਦੇ ਸਾਰੀਆਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਚਾਹੇ ਹੁਣ ਕੋਈ ਕਾਂਗਰਸ ਵਾਲੀ ਪੰਚਾਇਤ ਹੋਵੇ ਕੋਈ ਕਾਲੀ ਦਲ ਵਾਲੀ ਹੋਵੇ ਕੋਈ ਹੋਰ ਵੀ ਤਿਹਰਾ ਦੇ ਹੁੰਦੇ ਆ ਬੰਦੇ ਚਲੋ ਸਾਰਿਆਂ ਦਾ ਆਧਾਰ ਆ ਪੰਜਾਬ ਦੇ ਵਿੱਚ ਪਰ ਹੁਣ ਸਾਰਿਆਂ ਨੂੰ ਇੱਕ ਮੋਟੋ ਓਕੇ ਪਾਲਟੀਬਾਜੀ ਤੋਂ ਟੜੇਬੱਦੀ ਤੋਂ ਉੱਪਰ ਉੱਠ ਕੇ ਕਿਸਾਨ ਅੰਦੋਲਨ ਮਜ਼ਦੂਰ ਅੰਦੋਲਨ ਪੰਜਾਬ ਤੇ ਦੇਸ਼ ਨੂੰ ਬਚਾਉਣ ਦੀ ਜਿਹੜੀ ਲੜਾਇਆ ਜਿਹੜਾ ਸੰਘਰਸ਼ ਆ ਉਹਨੂੰ ਕਾਮਯਾਬ ਕਰਨਾ ਚਾਹੀਦਾ ਹਰ ਕਿਸਮ ਦੀ ਪਾਲਟੀਬਾਜੀ ਤੋਂ ਥੋੜਾ ਜੋਰ ਲਵਾ ਰਹੇ ਆ ਰੈਲੀਆਂ ਜੋਰ ਲਵਾ ਰਹੇ ਆ ਥੋੜਾ ਹੋਰ ਨਾ ਕੰਮਾਂ ਜੋਰ ਲਵਾ ਰਹੇ ਆ ਅਸੀਂ ਕਹਿੰਦੇ ਪੰਚਾਇਤਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਵਾ ਬਹੁਤ ਵਧੀਆ ਉਹਨਾਂ ਦਾ ਸ਼ਲਾਘਾਯੋਗ ਆ ਜਿਹੜੇ ਆ ਆ ਆਮ ਹਾਲਾਤਾਂ ਵਿੱਚ ਉਹਨਾਂ ਦਾ ਪ੍ਰੋਸੈਸ ਰਿਹਾ ਵਾ ਉਹ ਇਸੇ ਤਰੀਕੇ ਨਾਲ ਰਹਿਣ ਸੋ ਇਸ ਕਰਕੇ ਆ ਮੇਰੀ ਅਰਜ਼ ਹੈ ਆ ਵੀ ਭਾਈ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਅੰਦੋਲਨ ਨੂੰ ਸਮਰਪਿਤ ਹੋ ਉਹ ਅੰਦੋਲਨ ਵਾਲ ਧਿਆਨ ਦਿਓ ਕਿਉਂਕਿ ਅੰਦੋਲਨ ਬਹੁਤ ਵੱਡਾ ਬਾ ਬੇਮੇਚੀ ਟੱਕਰਿਆ ਬੇਮੇਚੀ ਭਾਵੇਂ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਆ ਪਰ ਅਜੇ ਵੀ ਪਿੰਡਾਂ ਦੇ ਵਿੱਚ ਸਿੱਧੀ ਜਿਹੜੀ ਫਿਜ਼ੀਕਲ ਤੌਰ ਤੇ ਸ਼ਮੂਲੀਅਤ ਅੰਦੋਲਨ ਦੇ ਵਿੱਚ ਪੰਜਾਬ ਦੇ ਜੇ 3% ਵੀ ਲੋਕ ਸ਼ਾਮਲ ਹੋ ਹਮਲ ਹੋ ਜਾਂ ਤਿੰਨ ਕਰੋੜ ਤੋਂ 3 ਲੱਖ ਬਣ ਜਾਂਦਾ ਤਿੰਨ ਤੋਂ 5% ਸ਼ਮੂਲੀਅਤ ਹੋ ਸਕਦੀ ਆ ਹਜੇ ਵੀ 95% ਲੋਕ ਜਿਹੜੇ ਘਰਾਂ 'ਚ ਜੁੜੇ ਨੇ ਭਾਵੇਂ ਉਹਨਾਂ ਦੇ ਦਿਲ ਸਾਡੇ ਨਾਲ ਧੜਕਦੇ ਨੇ ਉਹ ਲਗਾਤਾਰ ਸਾਡੇ ਨਾਲ ਰਲ ਕੇ ਚੱਲਦੇ ਨੇ ਉਹਨਾਂ ਨੂੰ ਨਾਰ ਲਾਉਂਦੀ ਲੋੜਿਆ ਉਹ ਕਿਵੇਂ ਲੜਾਈ ਉਹ ਸਾਰਿਆਂ ਦੇ ਰਲਿਆਂ ਸਾਰੇ ਧੜੇ ਸਾਰੇ ਅਸੀਂ ਪਿੰਡਾਂ ਵਿੱਚ ਕਿਸਾਨ ਮਜ਼ਦੂਰ ਨੌਜਵਾਨ ਮਤਾਵਾਵਾਂ ਭੈਣਾ ਅੱਧੀ ਬਾਦੀ ਸਾਡੀਆਂ ਮਤਾਵਾਵਾਂ ਭੈਣਾ ਉਹਨਾਂ ਤੋਂ ਬਿਗੈਰ ਨਹੀਂ ਸੰਭਵ ਹੋ ਸਕਦਾ ਦੂਸਰਾ ਜਿਹੜੀ ਦਿੱਲੀ ਸਰਕਾਰ ਆ ਕੇਂਦਰ ਦੀ ਸਖੌਰੀ ਕੇਂਦਰ ਸਰਕਾਰ ਆ ਜਿਹੜੀ ਦਿੱਲੀ ਦੇ ਤਖਤੇ ਤੇ ਇਤਿਹਾਸ ਵਾਲੇ ਬੈਠੀ ਹੋਈ ਆ ਉਹ ਕਰ ਕੀ ਰਹੀ ਆ ਹੁਣੇ ਮੈਂ ਪਹਿਲਾਂ ਵੀ ਕਿਹਾ ਸੀ ਵੀ ਤੁਹਾਡੇ ਕਲਾਬ ਸਾਈਕੋਲੋਜੀਕਲ ਵਾਰ ਆ ਜਿਵੇਂ ਲੱਗਾ ਵੀ ਕੰਦਾ ਕਿਸਾਨ ਮਜ਼ਦੂਰ ਅੰਦੋਲਨ ਦੇ ਵਿੱਚ ਇਸ ਵੇਲੇ ਬਹੁਤ ਵੱਡੇ ਪੱਧਰ ਤੇ ਏਕਾ ਬਣ ਰਿਹਾ ਵਾ ਏਕਾ ਉੱਤਰ ਰਿਹਾ ਵਾ ਲੋਕਾਂ ਦਾ ਪ੍ਰੋਸਾ ਅੱਗੇ ਨਾਲੋਂ ਵੱਧ ਗਿਆ ਵਾ ਲੋਕ ਅੱਗੇ ਨਾਲੋਂ ਵੀ ਵੱਧ ਅੰਦੋਲਨ ਦੇ ਵਿੱਚ ਸ਼ਮੂਲੀਅਤ ਕਰਨ ਜਾ ਰਹੇ ਆ ਤਾਂ ਫਿਰ ਹੁਣ ਨਵਾਂ ਹਤਕੰਡਾ ਪੰਜਾਬ ਦੇ ਨੌਜਵਾਨਾਂ ਨੂੰ ਸਾਈਕੋਲੋਜੀਕਲ ਤੌਰ ਤੇ ਡਰਾਉਣ ਲਈ ਇਕੋ ਦੇ ਵਿੱਚ ਕੋਈ ਸੱਚਾਈ ਨਹੀਂ ਹੈ ਜਿਵੇਂ ਗੁਰਪ੍ਰੀਤ ਸਿੰਘ ਜੀ ਉਰਫ ਜਿਹੜੇ ਮੁੰਡੀ ਸਿਧਾਣਾ ਗੁਰਪ੍ਰੀਤ ਸਿੰਘ ਸਿਧਾਣਾ ਨੂੰ ਜਿਵੇਂ ਗ੍ਰਿਫਤਾਰ ਕੀਤਾ ਗਿਆ ਵਾ ਕਾਲਜ ਦਾ ਯੂਨੀਵਰਸਿਟੀ ਦਾ ਸਟੂਡੈਂਟ ਔਰ ਜਿਵੇਂ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਜਿਹੜੀ ਉਹਨਾਂ ਦੀ ਇੱਕ ਵੀਡੀਓ ਆ ਰਹੀ ਹੈ ਜਿਵੇਂ ਤਸ਼ੱਦਦ ਕੀਤਾ ਉਹਨਾਂ ਦੇ ਸਿਰ ਤੇ ਸੱਟਾਂ ਵਾ ਉਹਨਾਂ ਦੀ ਪਿੱਠ ਤੇ ਸੱਟਾਂ ਵਾ ਔਰ ਜਿੰਨਾ ਤਸ਼ੱਦਦ ਕਰਕੇ ਹੁਣ ਛੱਡ ਦਿੱਤਾ ਗਿਆ ਅਰ ਜਿਵੇਂ ਤਮਕਾਇਆ ਗਿਆ ਵੀ ਭਾਈ ਜਿਵੇਂ ਪ੍ਰੈਸ ਚਾ ਰਿਹਾ ਵੀ ਜੇ ਕੁਝ ਬੋਲੋਗੇ ਤਾਂ ਭਾਈ ਤੁਹਾਡਾ ਤੁਹਾਡਾ ਮੁਕਾਬਲਾ ਬਣਾ ਦਾਂਗੇ ਤੁਹਾਨੂੰ ਐਸੇ ਟਿਕਾਣੇ ਤੇ ਲਾਵਾਂਗੇ ਵੀ ਤੁਹਾਡੀ ਲਾਸ਼ ਤੱਕ ਨਾ ਲੱਭੂਗੀ ਇਹ ਕਿਹੜਾ ਲੋਕਤੰਤਰ ਆ ਇਹ ਕਿਹੜੇ ਲੋਕਤੰਤਰ ਵਿੱਚ ਐ ਹੁੰਦਾ ਹੁੰਦਾ ਭਾਈ ਕੋਈ ਸੰਘਰਸ਼ ਕਰਦਾ ਕੋਈ ਆਗੂ ਆ ਕੋਈ ਮਜ਼ਦੂਰਾਂ ਦਾ ਆਗੂ ਆ ਕਿਸਾਨਾਂ ਦਾ ਆਗੂ ਆ ਕੋਈ ਨੌਜਵਾਨਾਂ ਦਾ ਆਗੂ ਆ ਭਾਈ ਉਹਨਾਂ ਦੇ ਚਾਚੇ ਤਾਇਆ ਦੇ ਪੁੱਤ ਹੋਣਾ ਕੋਈ ਦੇਸ਼ਦਰੋਹੀ ਆ ਉਹਨਾਂ ਦੇ ਕਜਣ ਹੋਣਾ ਇਹ ਗਨਾਹ ਕਿੱਧਰ ਦਾ ਵਾ ਸਾਨੂੰ ਦੱਸ ਦੋ ਕਿਹੜਾ ਆਰਟੀਕਲ ਕਹਿੰਦਾ ਦੇਸ਼ ਦਾ ਇਸ ਕਰਕੇ ਭਰਾਓ ਇਹਦੇ ਤੇ ਵੀ ਰਾਜਨੀਤੀ ਇਹ ਆ ਵੀ ਹੁਣ ਜਿਵੇਂ ਨੌਜਵਾਨਾਂ ਦਾ ਜਨਸੰਘੂ ਉਮੜ ਰਿਹਾ ਵਾ ਜਦੋਂ ਇਹ ਘਟਨਾ ਵਾਪਰ ਗਈ ਇਹ ਮੀਡੀਆ 'ਚ ਪੂਰੀ ਆ ਰਹੀ ਆ ਇੱਕ ਵਾਰੀ ਪੂਰੀ دہشت ਫਲਾਉਣ ਦਾ ਯਤਨ ਕੀਤਾ ਜਾਵੇ دہشت ਪਾਈ ਜਾਵੇ ਪੰਜਾਬ ਦੇ ਨੌਜਵਾਨਾਂ ਤੇ ਵੀ ਭਾਈ ਜੇ ਤੁਸੀਂ ਅੰਦੋਲਨ ਵਿੱਚ ਕੁਦਦੋਗੇ ਤੇ ਆ ਹਸ਼ਰ ਕਰਾਂਗੇ ਔਰ ਦੂਸਰੇ ਬਨੇ ਕਿੱਡੀ ਗਨੀਮਤ ਆ ਜੇ ਕਿਤੇ ਭਾਜਪਾ ਦੇ ਆਗੂ ਨਾਲ ਕੁਝ ਹੋਇਆ ਹੁੰਦਾ ਅਸੀਂ ਕਿਸੇ ਨੂੰ ਇਹ ਨਹੀਂ ਕਿਸੇ ਦਾ ਸਮਰਥਨ ਨਹੀਂ ਕਰਦੇ ਕੋਈ ਇਹੋ ਜੀ ਗੱਲ ਦਾ ਵੀ ਸਾਡੇ ਅੰਦੋਲਨ ਵਿੱਚ ਕੁਝ ਇਹੋ ਜਿਹਾ ਹੋਵੇ ਤਾਂ ਇਸ ਵੇਲੇ ਗਵਰਨਰ ਨੇ ਨੋਟਿਸ ਲੈ ਲੈਣਾ ਸੀ ਸਾਡੇ ਪੰਜਾਬ ਦੇ ਜਿਹੜੇ ਗਵਰਨਰ ਆ ਉਹਨਾਂ ਨੇ ਨੋਟਿਸ ਲੈ ਲੈਣਾ ਸੀ ਇਸ ਵੇਲੇ ਡੀਜੀ ਪਿਕਲ ਕੇ ਰਿਪੋਰਟ ਤਲਬ ਕਰ ਲੈਣੀ ਸੀ ਗ੍ਰਹਿ ਮੰਤਰੀ ਕੋ ਰਿਪੋਰਟ ਤਲਬ ਕਰ ਲੈਣੀ ਸੀ ਮੁੱਖ ਮੰਤਰੀ ਨੂੰ ਹਦਾਇਤਾਂ ਦੇ ਦੇਣੀਆਂ ਸੀ ਤਾਂ ਹੁਣ ਸਾਡੇ ਜਿਹੜੇ ਆਪਣਾ ਗਵਰਨਰ ਨੇ ਪੰਜਾਬ ਦੇ ਜੋ ਕੁਝ ਹੋਇਆ ਜਿਵੇਂ ਦਿੱਲੀ ਦੀ ਪੁਲਿਸ ਨੇ ਜੜੀਆਂ ਵੀ ਏਜੰਸੀਆਂ ਨੇ ਕੀਤਾ ਕਿ ਉਹ ਨੋਟਿਸ ਲੈਣਗੇ ਪੰਜਾਬ ਦੇ ਨੌਜਵਾਨਾਂ ਲਈ ਵੀ ਤੁਸੀਂ ਗਲਤ ਤਰੀਕੇ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਕਿਉਂ ਕੁੱਟਮਾਰ ਕਰਦੇ ਜੇ ਕਿ ਗਵਰਨਰ ਸਾਹਿਬ ਸਾਡੇ ਨੋਟਿਸ ਲੈਣਗੇ ਵੀ ਭਾਈ ਇਹ ਕੀ ਹੋ ਰਿਹਾ ਵਾ ਨਹੀਂ ਲੈਣਗੇ ਨੋਟਿਸ ਇਹ ਤੋਂ ਗਾਹਾਂ ਕੈਪਟਨ ਮਨਿੰਦਰ ਸਿੰਘ ਜੀ ਤੋਂ ਕੋਈ ਗੱਲ ਹੁੰਦੀ ਆ ਤੇ ਬਹੁਤ ਵਾਰੀ ਨੋਟਿਸ ਲੈ ਲਿੰਦੇ ਆ ਵੀ ਸਾਡੇ ਇੱਕ ਵਾਰੀ ਡੀਜੀਪੀ ਕੋ ਰਿਪੋਰਟ ਕੇਂਦਰ ਸਰਕਾਰ ਨੇ ਮੰਗੀ ਤੇ ਕੈਪਟਨ ਸਾਹਿਬ ਦਾ ਬਿਆਨ ਆਇਆ ਠੀਕ ਸੀਗਾ ਜੀ ਆ ਜੇ ਸਟੇਟ ਦਾ ਮੁਖਿਆ ਹੁੰਦੇ ਨਾਤੇ ਉਹਨਾਂ ਨੂੰ ਬਿਆਨ ਦੇ ਦੇਣਾ ਚਾਹੀਦਾ ਸੀ ਵੀ ਮੇਰੇ ਨਾਲ ਗੱਲ ਕਰੋ ਮੇਰੀ ਪੁਲਿਸ ਨੂੰ ਤੰਗ ਨਾ ਕਰੋ ਤੇ ਹੁਣ ਭਾਈ ਤੁਹਾਡੇ ਸਟੇਟ ਦੇ ਵਿੱਚ ਜਿਹੜੀ ਕੇਂਦਰ ਦੀਆਂ ਏਜੰਸੀਆਂ ਤੇ ਜਿਵੇਂ ਦਿੱਲੀ ਜਿਹੜੀ ਪੁਲਿਸ ਆ ਉਹ ਮੋਦੀ ਜੀ ਦੇ ਅੰਡਰ ਆ ਉਹ ਕਿਵੇਂ ਤੰਗੜੰਮਦੀ ਫਿਰਦੀ ਆ ਤੋਡੀ ਕੋਈ ਜ਼ਿੰਮੇਵਾਰੀ ਨਹੀਂ ਮੰਦੀ ਹੈਗੀ ਸੋ ਅਸੀਂ ਮੰਗ ਕਰਦੇ ਆਂ ਵੀ ਜਿਹੜਾ ਆਪਣਾ ਗੁਰਪ੍ਰੀਤ ਸਿੰਘ ਜੀ ਸਿਧਾਣਾ ਆ ਜਿਹੜਾ ਤਸ਼ੱਦਦ ਹੋਇਆ ਉਹਨਾਂ ਨਾਲ ਉਹਨਾਂ ਦਾ ਮੈਡੀਕਲ ਕਰਾਇਆ ਜਾਣਾ ਚਾਹੀਦਾ ਵਾ ਮੈਡੀਕਲ ਕਰਾ ਕੇ ਜਿਹੜੇ ਦੋਸ਼ੀ ਲੋਕ ਨੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਔਰ ਇੱਕ ਜਾਂਚ ਬੈਠਣੀ ਚਾਹੀਦੀ ਪੰਜਾਬ ਦੇ ਨੌਜਵਾਨਾਂ ਨੂੰ ਨਜਾਇਜ਼ ਤੌਰ ਤੇ ਦਿੱਲੀ ਦੀ ਪੁਲਿਸ ਕੇਂਦਰ ਦੇ ਇਸ਼ਾਰੇ ਤੇ ਕਿਦਾਂ ਤੰਗ ਕਰ ਰਹੀ ਆ ਕਿਵੇਂ دہشت ਪਲਾਉਣ ਦਾ ਯਤਨ ਕੀਤਾ ਜਾ ਰਿਹਾ ਹਰੇਕ ਦੇ ਮਨੁੱਖੀ ਅਧਿਕਾਰ ਹੁੰਦੇ ਆ ਹਰੇਕ ਨੂੰ ਡੈਮੋਕਰੇਸੀ ਵਿੱਚ ਪੂਰੇ ਹੱਕ ਕੁ ਖੁੰਦੇ ਆ ਭਾਈ ਤੁਸੀਂ ਸਟੇਟ ਵਾਲੇ ਜਿਵੇਂ ਹਿੰਸਾ ਕਰ ਰਹੇ ਹੋ ਅੱਜ ਕਿਉਂ ਭਾਈ ਉਹ ਬੰਦੇ ਚੁੱਪ ਨੇ ਜਿਹੜੇ ਹਿੰਸਾ ਦਾ ਪਾਠ ਪੜ੍ਹਾਉਂਦੇ ਆ ਜਦੋਂ ਦਿੱਲੀ ਦੀ ਪੁਲਿਸ ਹਿੰਸਾ ਕਰੇ ਕੇਂਦਰ ਦੀ ਸਰਕਾਰ ਹਿੰਸਾ ਕਰੇ ਉਹਦੇ ਤੇ ਕੋਈ ਸ਼ਬਦ ਤੱਕ ਨਹੀਂ ਬੋਲਿਆ ਜਾ ਰਿਹਾ ਸੋ ਇਸ ਕਰਕੇ ਪੰਜਾਬ ਦੇ ਲੋਕੋ ਇੱਕ ਵਾਰੀ ਫਿਰ ਤੁਹਾਡੇ ਨਾਲ ਸਾਜ਼ਿਸ਼ਿਆ ਇਹ ਲੌਜੀਕਲ ਵਾਰ ਹੁੰਦੀ ਆ ਵੀ ਇੱਕ ਬੰਦੇ ਨੂੰ ਟਾਰਗੇਟ ਕਰਨਾ ਦੋਵਾਂ ਨੌਜਵਾਨਾਂ ਨੂੰ ਟਾਰਗੇਟ ਕਰਨਾ ਤੇ ਪੰਜਾਬ ਦੇ ਲੱਖਾਂ ਨੌਜਵਾਨਾਂ ਨੂੰ ਡਰਾਉਣਾ ਵੀ ਐਂ ਤੁਹਾਡੇ ਨਾਲ ਨਿਭੜਾਂਗੇ ਸੋ ਇਸ ਕਰਕੇ ਹੋਜੇ ਮਾਹੌਲ ਦੇ ਵਿੱਚ ਖੁੱਲ ਕੇ ਸਾਹਮਣੇ ਆਉਣਾ ਚਾਹੀਦਾ ਹਰੇਕ ਪੰਜਾਬੀ ਦਾ ਹੱਕ ਆ ਡੈਮੋਕਰੇਸੀ ਵਿੱਚ ਉਹ ਕਿਸ ਤਰੀਕੇ ਨਾਲ ਪ੍ਰੋਟੈਸਟ ਵਿੱਚ ਸ਼ਾਮਲ ਹੋਣਾ ਚਾਹੁੰਦਾ ਜੋ ਕਿਸੇ ਆਗੂ ਦਾ ਕੋਈ ਵੀ ਭੈਣ ਭਰਾ ਵਾ ਤੇ ਇਹ ਉਹਦਾ ਕੋਈ ਗੁਨਾਹ ਨਹੀਂ ਹੈਗਾ ਤੇ ਸਰਯਾਮ ਤਾਂ ਤੁਹਾਡੇ ਸਾਹਮਣੇ ਰਹਿਨੇ ਆ ਵੀ ਦੂਜਿਆਂ ਨੂੰ ਪੁੱਛਣ ਦੀ ਕੀ ਲੋੜ ਆ ਇਸ ਕਰਕੇ ਇਸ ਘਟਨਾ ਜਿਹੜੀ ਕੇਂਦਰ ਸਾਜ਼ਿਸ਼ ਕਰ ਰਿਹਾ ਇਹ ਸਾਜ਼ਿਸ਼ ਦੀ ਨਿੰਦਾ ਕਰਦੇ ਆ ਔਰ ਇਹਦੀ ਨਿਰਪੱਖ ਜਾਂਚ ਦੀ ਮੰਗ ਕਰਦੇ ਆ ਪੰਜਾਬ ਦੇ ਨੌਜਵਾਨਾਂ ਤੇ ਤਸ਼ੱਦਦ ਕਰਨਾ ਇਨੋਸੈਂਟ ਤੌਰ ਤੇ ਉਹਨਾਂ ਨੂੰ ਤੰਗ ਕਰਨਾ ਬੰਦ ਕੀਤਾ ਜਾਵੇ ਪੰਜਾਬ ਸਰਕਾਰ ਦਾ ਹੱਕਵੰਦਾ ਵਾ ਇਸ ਮੁੱਦੇ ਤੇ ਮੈਡੀਕਲ ਕਰਾ ਕੇ ਔਰ ਜਿਹੜੇ ਦੋਸ਼ੀ ਲੋਕ ਨੇ ਉਹਨਾਂ ਖਿਲਾਫ ਸਜ਼ਾ ਤੈਅ ਕੀਤੀ ਜਾਵੇ ਉਹਨਾਂ ਨੂੰ ਉਹਨਾਂ ਦੇ ਖਿਲਾਫ ਪਰਚੇ ਕਰਕੇ ਜਿਹੜੀ ਉਹਨਾਂ ਦੇ ਜੋ ਜੁਡੀਸ਼ਰੀ ਕੱਲ ਨੂੰ ਫੈਸਲਾ ਕਰੂਗੀ ਇਹ ਹੋਣਾ ਚਾਹੀਦਾ ਪੱਛਮੀ ਬੰਗਾਲ ਦੇ ਵਿੱਚ ਜੇ ਮਮਤਾ ਬੇਨਰਜੀ ਸੀਬੀਆਈ ਵੱਲੋਂ ਜੋ ਕੁਝ ਕੀਤਾ ਜਾਂਦਾ ਚੁੱਕੇ ਉਹਨਾਂ ਨੂੰ ਜੇਲ੍ਹਾਂ 'ਚ ਤੋਲ ਸਕਦੀ ਆ ਤੇ ਕੈਪਟਨ ਮਨਿੰਦਰ ਸਿੰਘ ਕਿਉਂ ਨਹੀਂ ਕਰ ਸਕਦੇ ਕਰ ਸਕਦੇ ਆ ਸੋ ਇਸ ਕਰਕੇ ਮਤਲਬ ਸਟੇਟ ਤੋਂ ਪੁੱਛਿਆਂ ਤੋਂ ਬਗੈਰ ਕੋਈ ਰੇਟ ਨਹੀਂ ਹੋ ਸਕਦਾ ਇਹ ਸਟੇਟ ਦਾ ਹੱਕ ਹੈ ਲੈਂਡ ਆਰਡਰ ਦਾ ਮਸਲਾ ਸੂਬੇ ਦਾ ਮਸਲਾ ਵਾ ਜੇ ਪੰਜਾਬ ਦੇ ਵਿੱਚ ਕੁਝ ਗਲਤ ਲੋਕ ਹੈਗੇ ਨੇ ਤੇ ਇਹਦਾ ਪੰਜਾਬ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਦਿੱਲੀ ਵਾਲੇ ਨੂੰ ਕਿਵੇਂ ਪਤਾ ਲੱਗ ਜਾਂਦਾ ਵਾ ਸੋ ਇਸ ਕਰਕੇ ਇਹਦੇ ਵਿੱਚ ਵੀ ਸਭ ਕੋ ਸਾਨੂੰ ਸਹੀ ਨਹੀਂ ਲੱਗਦਾ ਹੈਗਾ ਇਹ ਤੋਂ ਗਾਂ ਜਿਹੜਾ ਨਰਿੰਦਰ ਤੋਮਰ ਜੀ ਨੇ ਚਿੱਠੀ ਆਈ ਆ ਵੀ ਅਸੀਂ ਗੱਲਬਾਤ ਕਰਨ ਨੂੰ ਤਿਆਰ ਆਂ ਅਰ ਜੇ ਤੋ ਕਾ ਜਿਹੜੀ ਅਨਿਲ ਵਿੱਚ ਨੇ ਚਿੱਠੀ ਲਿਖੀ ਆ ਕੇਂਦਰ ਸਰਕਾਰ ਨੂੰ ਮੈਂ ਦੋਵਾਂ ਦਾ ਅਨਿਲ ਵਿੱਚ ਕਹਿੰਦਾ ਪੀੜੇ ਉੱਥੇ ਬੈਠੇ ਆ ਨਾ ਕਹਿੰਦਾ ਇੰਨਾ ਕਰਕੇ ਕਰੋਨਾ ਫੈਲ ਸਕਦਾ ਉਹ ਅੰਦੋਲ ਜਮਾਵੜਾ ਕਿਹਾ ਵਾ ਬੈਠੇ ਨਹੀਂ ਕਿਹਾ ਜਮਾਵੜਾ ਜਿਹੜਾ ਵਾ ਹੁਣ ਇਹੋ ਜੇ ਸ਼ਬਦ ਤੁਸੀਂ ਵੇਖ ਲਓ ਵੀ ਇੱਕ ਵਾਰੀ ਕੇਂਦਰ ਦਾ ਮੰਤਰੀ ਕਰਦਾ ਵੀ ਕਿਸਾਨਾਂ ਕਰਕੇ ਕਰੋਨਾ ਫੈਲਣਾ ਵਾ ਹੁਣ ਅਨਿਲ ਵਿੱਚ ਕਰਦਾ ਵੀ ਇਹਨਾਂ ਨਾਲ ਗੱਲਬਾਤ ਤਾਂ ਕਰ ਲੋ ਕਿਉਂਕਿ ਕਰੋਨਾ ਇਹਨਾਂ ਨੇ ਫਲਾ ਦੇਣਾ ਵਾ ਹੁਣ ਪਿੱਛੇ ਪਿੱਛੇ ਸਾਜ ਸਾ ਕੀਆ ਨਾਲੇ ਕੇਂਦਰ ਦੀ ਤਾਰੀਫ਼ ਕਰਦਾ ਵੀ ਤੁਸੀਂ ਤਾਂ ਬਹੁਤ ਕੋਸ਼ਿਸ਼ ਕੀਤੀ ਆ ਗੱਲਬਾਤ ਕਰਨ ਦੀ ਇਹਦਾ ਮਤਲਬ ਸਾਡੇ ਵੱਲੋਂ ਕੋਈ ਕੋਸ਼ਿਸ਼ ਨਹੀਂ ਹੋਈ ਉਹ ਕਹਿੰਦਾ ਤੁਸੀਂ ਬੜੇ ਸਾਰਥਕ ਤੇ ਸਹੀ ਕੰਮ ਕੀਤੇ ਨੇ ਇਹਦਾ ਮਤਲਬ ਤੁਹਾਨੂੰ ਚਿੱਠੀ ਲਿਖਣ ਦੀ ਕੀ ਲੋੜ ਆ ਤੇ ਨਰਿੰਦਰ ਤੋਮਰ ਜੀ ਕਹਿੰਦੇ ਆ ਪਹਿਲਾਂ ਧਰਨਾ ਚੱਕ ਲੋ ਕਹਿੰਦੇ ਧਰਨਾ ਚੱਕ ਕੇ ਤੇ ਬਾਅਦ ਸਾਡੇ ਨਾਲ ਆ ਕੇ ਗੱਲ ਕਰੋ ਨਰਿੰਦਰ ਤੋਮਰ ਜੀ ਚੱਲ ਰਹੇ ਅੰਦੋਲਨ ਦੇ ਵਿੱਚ ਕੇਂਦਰ ਸਰਕਾਰ ਇਸ ਕਿਸਮ ਦੀਆਂ ਸ਼ਾਸ਼ਾ ਕਰ ਰਹੀ ਆ ਚੱਲ ਰਹੇ ਅੰਦੋਲਨ ਨੂੰ ਤਾਰ ਪੀਟੋ ਕੀਤਾ ਜਾਂਦਾ ਵਾ ਚੱਲ ਰਹੇ ਅੰਦੋਲਨ ਨੂੰ ਕਿਸਾਨਾਂ ਨੂੰ ਬਦਨਾਮ ਕੀਤਾ ਜਾਂਦਾ ਜਿਸ ਦਿਨ ਅੰਦੋਲਨ ਖਤਮ ਹੋ ਗਿਆ ਘਰਾਂ ਚੋਂ ਫੜ ਫੜ ਕੇ ਖੜਨੇ ਤੁਸੀਂ ਸਾਨੂੰ ਪਤਾ ਵਾ ਇਹ ਤੁਹਾਡੀਆਂ ਅਸਾਧਿਸ਼ਾਂ ਨੂੰ ਸਮਝਦੇ ਆ ਕਦੇ ਵੀ ਕਿਸਾਨ ਆਗੂ ਗੱਲਬਾਤ ਤੋਂ ਨਹੀਂ ਭੱਜੇ ਹੈਗੇ ਹਜੇ ਤੁਹਾਡਾ ਇਰਾਦਾ ਹੀ ਨਹੀਂ ਹੈਗਾ ਗੱਲਬਾਤ ਕਰਨ ਦਾ ਜਦੋਂ ਭਾਜਪਾ ਦੇ ਸਥਾਪਨਾ ਦਿਵਸ ਦੇ ਉੱਤੇ ਪ੍ਰਧਾਨ ਮੰਤਰੀ ਜੀ ਕਹਿੰਦੇ ਆ ਵੀ ਇਹਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਆ ਦੇਸ਼ ਦਾ ਧੋਖਾ ਕਰ ਰਿਹਾ ਆ ਉਹਨਾਂ ਨੂੰ ਦੇਸ਼ਦ્રોਹੀ ਦਰਸ਼ਨ ਦਾ ਕੋਸ਼ਿਸ਼ ਕੀਤੀ ਜਾ ਰਹੀ ਆ ਫਿਰ ਤੁਸੀਂ ਨਿਬੜ ਕਿਹੜੇ ਪਾਸੇ ਨਾਲ ਲਾਓਗੇ ਹਾਂ ਠੀਕ ਹੈ ਤੁਸੀਂ ਕੁਛ ਨਾ ਕੁਛ ਸ਼ੁਰਲੀ ਮੀਡੀਆ ਵਿੱਚ ਛੱਡਦੇ ਰਹਿੰਦੇ ਜੇ ਔਰ ਜਿਹੜਾ ਤੁਹਾਡੇ ਤੇ ਦਬਾਅ ਪੈਂਦਾ ਇੱਕ ਪੱਖ ਜਿਵੇਂ ਲੋਕਾਂ ਨੂੰ ਆਪਣਾ ਇੱਕ ਤੁਹਾਡੇ ਨਾਲ ਵੱਡਾ ਮੀਡੀਆ ਵਾ ਉਹਦੇ ਨਾਲ ਦੱਸਣ ਦਾ ਯਤਨ ਕਰਦੇ ਬਸ ਹੀ ਬੜੇ ਸੀਰੀਅਸ ਆ ਕਿਸਾਨ ਆਗੂ ਸੀਰੀਅਸ ਨਹੀਂ ਆਗੇ ਸੋ ਇਹ ਗੱਲਾਂ ਦਾ ਕੋਈ ਵਜਨ ਨਹੀਂ ਹੈਗਾ ਇਹ ਤੋਂ ਗਾਂ ਜਿਹੜੀ ਆਪਣੀ ਮਹਾਂ ਰੈਲੀ ਆ ਰਹੀ ਆ ਜੰਡਿਆਲਾ ਗੁਰੂ ਇਹ ਸੌਰੀ ਆਪਣਾ ਭਗਤਾਂ ਵਾਲਾ ਦਾਣਾ ਮੰਡੀ ਵਿੱਚ ਜਿਹੜੀ ਆਪਾਂ ਮਹਾਂ ਰੈਲੀ ਕਰ ਰਹੇ ਹਾਂ ਭਗਤਾਂ ਵਾਲਾ ਦਾਣਾ ਮੰਡੀ ਅੰਮ੍ਰਿਤਸਰ ਅੰਮ੍ਰਿਤਸਰ ਜ਼ਿਲ੍ਹੇ ਦੀ ਇਹਦੇ ਚ ਵਾਰੀ ਆ ਅੰਮ੍ਰਿਤਸਰ ਜ਼ਿਲ੍ਹੇ ਦਾ ਬਹੁਤ ਵੱਡਾ ਯੋਗਦਾਨ ਅੰਦੋਲਨ ਦੇ ਵਿੱਚ ਸਾਰੇ ਪੰਜਾਬੀਆਂ ਨੇ ਜਿੰਨਾ ਯੋਗਦਾਨ ਪਾਇਆ ਸਾਰੇ ਪੰਜਾਬ ਨੇ ਜੇ ਸੇ ਪਤਰਾ ਇਸ ਅੰਦੋਲਨ ਵਿੱਚ ਹਿੱਸਾ ਪਾਇਆ ਅਸੀਂ ਅੱਜ ਵੀ ਕੱਲ ਚਵਿੰਡਾ ਕਲਾ ਵਿੱਚ ਨੰਬਰ ਸਰ ਜਲਾ ਲੋਪੋ ਕੇ ਚਗਾਵੇਂ ਦੇ ਲੱਗ ਚਵਿੰਡਾ ਕਲਾ ਪਿੰਡ ਬਹੁਤ ਵੱਡਾ ਮਤਾਵਾ ਪੈਣਾ ਦਾ ਕਟ ਸੀਗਾ ਕਨਵੈਨਸ਼ਨ ਕਰਾਈ ਸੀ ਵੀ ਮਤਾਵਾ ਪੈਣਾ ਅੱਗੇ ਹੁਣ ਅੱਜ ਕੱਥੂ ਨੰਗਲ ਅਲਕੜੇ ਪਿੰਡ ਸ਼ੀਦਾ ਦਾ ਗੁਰਦੁਆਰਾ ਸਾਹਿਬ ਹੈ ਉੱਥੇ ਇਕੱਠਿਆ ਸਾਡਾ ਸੋ ਇੱਥੇ ਇਸੇ ਲਈ ਪਾਈ ਬੇਨਤੀ ਕਰ ਰਹੇ ਹਾਂ ਵੀ ਹੁਣ ਮਤਾਵਾ ਪੈਣਾ ਮੋਰਚੇ ਨੂੰ ਸਾਹਮਣੇ ਜਿਹੇ ਮੋਰਚੇ ਵਿੱਚ 100% ਜਿੱਤ ਹਾਸਲ ਕਰਨੀ ਆ ਸਾਡੀ ਅੱਧੀ ਆਬਾਦੀ ਆ ਮਤਾਵਾ ਪੈਣਾ ਦੀ ਜੇ ਮਤਾਵਾ ਪੈਣਾ ਮੈਦਾਨ ਵਿੱਚ ਆ ਗਿਆਂ ਜੇ ਮਤਾਵਾ ਪੈਣਾ ਗਰਾਊਂਡ ਵਿੱਚ ਆ ਗਿਆਂ ਇਹ ਅੰਦੋਲਨ ਜਿੱਤ ਕੇ ਤੁਹਾਨੂੰ ਜਿੱਤ ਕੇ ਵਿਖਾ ਦਾਂਗੇ 24 ਛਡੋ 28 ਤੱਕ ਜੇ ਕੋਈ ਸਰਕਾਰਾਂ ਸ਼ਰਚ ਕਰਨਾ ਉਦੋਂ ਤੱਕ ਲੜਾਂਗੇ ਇਸ ਕਰਕੇ ਮਤਾਵਾ ਪੈਣਾ ਨਾ ਕਨਵੈਨਸ਼ਨਾਂ ਕਰ ਰਹੇ ਆ ਵੀ ਮਤਾਵਾ ਪੈਣਾ ਹੁਣ ਉੱਠਣ ਜ਼ਿੰਮੇਵਾਰੀ ਸਾਹਮਣ ਪਿੰਡਾਂ ਦੇ ਵਿੱਚ ਜਥੇ ਬਣਾ ਕੇ ਮਾਰਚ ਕਰਕੇ ਕੋਈ ਕਾਰ ਰਵੇ ਨਾ ਵੀ ਜਿਹੜੇ ਸਾਡੇ ਨਾਲ ਨਾ ਹੋਣ ਤੇ ਮਤਾਵਾ ਪੈਣਾ ਆਪਦੇ ਨੌਜਵਾਨ ਧੀਆਂ ਪੁੱਤਾਂ ਨੂੰ ਪਿੰਡਾਂ ਵਿੱਚ ਤੋੜ ਕੇ 20-20 ਟਰਾਲੀਆਂ ਮਤਾਵਾ ਪੈਣਾ ਦੀਆਂ 20-20 ਟਰਾਲੀਆਂ ਨੌਜਵਾਨਾਂ ਦੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਹਜ਼ਾਰਾਂ ਹਜ਼ਾਰ ਲੋਕ ਜਿਹੜੇ ਆ ਉਹ ਨਿਕਲ ਕੇ ਆਉਣ ਜਿਹੜੀ ਆਪਾਂ ਦਾਣਾ ਮੰਡੀ ਭਗਤਾਂ ਵਾਲੇ ਇਹ ਵੱਡੀ ਜਿਹੜੀ ਵਿਸ਼ਾਲ ਰੈਲੀ ਕਰ ਰਹੇ ਆ ਲੱਖਾਂ ਦਾ ਕੱਠ ਜਿੰਨੇ ਗਿਨ ਨਾ ਹੋਵੇ ਉਹਨੂੰ ਸਿਰ ਗਿਣ ਕੇ ਵਿਖਾ ਲਈ ਪਾ ਦੇਖ ਲੱਗ ਗਿਆ ਚੱਕ ਕਿਨੇ ਲੱਖਾ ਸੋ ਅੰਮ੍ਰਿਤਸਰ ਵਾਲਿਆਂ ਦੇ ਬੇਨਤੀ ਆ ਵੀ ਤੁਹਾਡੇ ਲਈ ਲੱਖ ਦੀ 5 ਲੱਖ ਵੀ ਥੋੜਾ ਵਾ ਇਸ ਕਰਕੇ ਤੁਸੀਂ ਜੋ ਚਾਹੋ ਕਰ ਸਕਦੇ ਜੇ ਤੁਸੀਂ ਮਨ ਬਣਾ ਲਓ ਅਸੀਂ ਕਰਕੇ ਵਿਖਾਉਣਾ ਵਾ ਪਲੀਜ਼ ਸਬਸਕ੍ਰਾਈਬ आवर ਚੈਨਲ ਐਂਡ ਪ੍ਰੈਸ ਦਾ ਬੈਲ ਆਈਕਨ ਤਾਂ ਕਿ ਕੋਈ ਵੀ ਨਵੀਂ ਅਪਡੇਟ ਤੁਸੀਂ ਮਿਸ ਨਾ ਕਰੋ